ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ। ਵੇਖਦੇ ਪਏ ਹੋ ਤੁਸੀਂ ਪਾਕ ਪਤਨ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਅੱਜ ਦੀ ਜਿਹੜੀ ਵੀਡੀਓ ਜਨਾਬ ਵਾਚ ਸਬਸਕ੍ਰਾਈਬਰ ਦੀ ਵੀਡੀਓ ਹੈ। ਦੋਸਤਾਂ ਨੇ ਜੋਟੀ ਵੇਖੀ ਹੋਣੀ ਹੈ ਪਹਿਲਾਂ ਭਾਈ ਮੁਰਤਜ਼ਾ ਅਲੀ। ਭਾਈ ਮੁਰਤਜ਼ਾ ਦੇ ਜਨਾਬ ਵੱਡੇ ਭਾਈ ਨੇ, ਇਸ ਟਾਈਮ ਭਾਈ ਹੋਰੀ ਘਰ ਮੌਜੂਦ ਨਹੀਂ ਹੈ। ਜੋਟੀ ਦੋਸਤਾਂ ਨੇ ਵੇਖੀ ਹੋਣੀ ਅੱਖਾਂ ਚਿੱਟੀਆਂ, ਅਸੂ ਪਿੱਛੇ ਕੱਟਾ ਹਾਂ। 6,75,000 ਜਾਂ 70 ਤਕਰੀਬਨ ਡਿਮਾਂਡ ਸੀ ਜੋਟੀ ਦੀ, ਉਹ ਜਨਾਬ ਜੋਟੀ ਸੇਲ ਹੋਈ ਹੈ। ਸਾਡੇ ਪਿਆਰੇ ਭਾਈ ਨੇ, ਵੀਵਰਸ ਨੇ, ਮੁਹਤਰਮ ਜਨਾਬ ਸੱਯਦ ਬਸ਼ਾਰਤ ਸ਼ਾਹ, ਪਿੰਡ ਲਸੂੜੀ ਕਲਾਂ, ਜ਼ਿਲ੍ਹਾ ਮੰਡੀ ਬਹਾਵਲਦੀਨ, ਅੱਲਾ ਪਾਕ ਉਹਨਾਂ ਦਾ ਨਸੀਬ ਕਰੇ। ਮੁਰਸ਼ਦ ਪਾਕ ਉਹਨਾਂ ਨੇ ਜਨਾਬ ਪਹਿਲੇ ਵੀ ਇੱਕ ਵਾਰ ਸਾਡੇ ਕੋਲੋਂ ਪਰਚੇਜ਼ ਕੀਤੀ ਹੈ ਕੋਈ ਇੱਕ ਮਹੀਨਾ ਪਹਿਲੇ। ਇਹ ਜੋਟੀ ਦੂਸਰੀ ਜਾ ਰਹੀ ਹੈ ਫਿਰ ਉਹਨਾਂ ਦੇ ਕੋਲ, ਅੱਲਾ ਪਾਕ ਉਹਨਾਂ ਦਾ ਨਸੀਬ ਕਰੇ, ਅੱਲਾ ਪਾਕ ਉਹਨਾਂ ਦੇ ਬੱਚਿਆਂ ਦੇ ਨਸੀਬ ਕਰੇ। ਬਾਕੀ ਜਨਾਬ ਸਾਰੇ ਬਾਈਆਂ ਦਾ ਸ਼ੁਕਰੀਆ ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ, ਵੀਡੀਓ ਵੇਖਦੇ ਹੋ ਜਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ, ਸਾਰੇ ਬਾਈਆਂ ਦਾ ਸ਼ੁਕਰੀਆ ਹੈ। ਅਤੇ ਬਾਕੀ ਜਨਾਬ ਆਪਾਂ ਚਾਚੇ ਹੋਰਾਂ ਕੋਲੋਂ ਪੁੱਛ ਲੈਂਦੇ ਹਾਂ ਸਾਰੀ ਗੱਲ ਜਿਹੜੀ। ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਹੈ ਯਾਰ, ਸਿਹਤਾਂ ਤਬੀਤਾਂ ਠੀਕ ਹੈ? ਬਿਲਕੁਲ ਠੀਕ। ਜੋਟੀ ਮਾਸ਼ਾਅੱਲਾ ਲੱਗੀ ਹੈ, ਸੇਲ ਹੋ ਗਈ ਹੈ ਜੀ, ਤੁਸੀਂ ਪੈਸੇ ਆਪਣੇ ਲੈ ਲਓ। ਹਾਂਜੀ ਲੈ ਲੈ, ਬਿਲਕੁਲ ਕੰਮ ਕਲੀਅਰ ਹੈ। ਸੋਹਣਾ ਕੰਮ ਕਰਦੇ ਨੇ, ਸੋਹਣਾ ਕੰਮ ਕਰਦੇ ਨੇ, ਸਹੀ ਅੱਛਾ ਕੰਮ ਕਰਦੇ ਨੇ। ਕਿਸੇ ਕਿਸਮ ਦਾ ਕੋਈ ਗਿਲਾ? ਨਹੀਂ ਨਹੀਂ ਨਾ, ਤੁਹਾਡਾ ਕੰਮ ਬਿਲਕੁਲ ਠੀਕ ਹੈ, ਸੋਹਣਾ ਕੰਮ ਹੈ। ਹਾਂਜੀ ਸਹੀ ਹੈ। ਬਾਕੀ ਜੋਟੀ ਜਨਾਬ ਦੋਸਤਾਂ ਨੇ ਵੇਖ ਲੈਣੀ ਹੈ, ਜੋਟੀ ਲੋਡ ਕਰਵਾਉਂਦੇ ਹਾਂ, ਉਹ ਵੀ ਤੁਹਾਡੀ ਅੱਖਾਂ ਦੇ ਸਾਹਮਣੇ ਹੈ, ਉਹ ਵੀ ਵੇਖ ਲੈਣੀ ਹੈ ਦੋਸਤਾਂ ਨੇ। ਜੋਟੀ ਜਿਹੜੀ ਹੈ ਪਹਿਲਾਂ ਅੱਖਾਂ ਚਿੱਟੀਆਂ, ਮੂੰਹ ਦੇ ਵਿੱਚੋਂ ਚੌਗੀ ਛਿੱਗੀ ਮਾਸ਼ਾਅੱਲਾ, ਅਤੇ ਪਿੱਛੇ ਕੱਟਾ, ਇਹ ਮਾਸ਼ਾਅੱਲਾ ਅੱਲਾ ਪਾਕ ਉਹਨਾਂ ਨੂੰ ਨਸੀਬ ਕਰੇ। ਬਾਕੀ ਜਨਾਬ ਜਿਹੜੇ ਦੋਸਤ ਨੂੰ ਮੱਝ ਚਾਹੀਦੀ ਹੋਵੇ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਕੱਟਾ ਚਾਹੀਦਾ ਹੋਵੇ ਜਾਂ ਕੋਈ ਜੋਟੀ ਬਰੀਡਿੰਗ ਵਾਸਤੇ ਚਾਹੀਦੀ ਹੋਵੇ ਉਹ ਵੀ ਤੁਸੀਂ ਰਾਬਤਾ ਕਰ ਸਕਦੇ ਹੋ। ਬਾਕੀ ਇੱਕ ਗੱਲ ਬੜੀ ਮਜ਼ੇ ਦੀ ਹੈ, ਇੱਕ ਦੋਸਤ ਨੇ ਜਨਾਬ ਗੁਜਰਾਤ ਤੋਂ ਕੁਝ ਦਿਹਾੜੇ ਪਹਿਲੇ ਉਹਨਾਂ ਮੇਰੇ ਨਾਲ ਰਾਬਤਾ ਕੀਤਾ, ਉਹਨਾਂ ਕਿਹਾ ਜੀ ਮੱਝ ਇੱਕ ਲੈਣੀ ਹੈ ਅਤੇ ਮੱਝ ਸਾਨੂੰ ਵਿਖਾਓ, ਅਤੇ ਉਹਨਾਂ ਦਾ ਜਨਾਬ ਸਾਡੀ ਗੱਲਬਾਤ ਚੱਲਦੀ ਰਹੀ ਲੇਕਿਨ ਸਾਡਾ ਕੋਈ ਸੌਦਾ ਨਹੀਂ ਬਣ ਸਕਿਆ। ਅਤੇ ਤਕਰੀਬਨ 2 ਦਿਹਾੜੇ ਪਹਿਲੇ ਉਹ ਆਖਦੇ ਨੇ ਭਾਈ ਹਸਨ, ਜਦੋਂ ਉਹਨਾਂ ਇੱਕ ਬੰਦੇ ਨੂੰ ਬਿਆਨਾ ਫਸਾ ਦਿੱਤਾ ਫਿਰ ਰਾਬਤਾ ਕੀਤਾ ਇਹਨੇ, ਉਹ ਆਖਦੇ ਜੀ ਇੱਕ ਚੈਨਲ ਵਾਲੇ ਨਾਲ ਰਾਬਤਾ ਕੀਤਾ, ਅਤੇ ਮੈਂ ਆਖਿਆ ਵੀ ਭਾਈ ਹਸਨ ਬੰਦਾ ਕੀ ਹੋ ਜੀ ਹੈ, ਤੁਹਾਡੇ ਬਾਰੇ ਉਹਦੇ ਕੋਲ ਪੁੱਛਿਆ, ਉਸ ਆਖਿਆ ਜੀ ਦਰੋਹੀ ਨੇ ਉਹਨਾਂ ਤੋਂ ਬੱਚਿਆ ਸਹੀ ਨਹੀਂ ਹੈ, ਅਤੇ ਅਸੀਂ ਬੜਾ ਕੰਮ ਸਹੀ ਕਰਦੇ ਪਏ ਹਾਂ ਅਤੇ ਤੁਸੀਂ ਬਿਆਨਾ ਕਰਾਓ ਤਾਂ ਆਹ ਮਾਝ ਤੁਹਾਨੂੰ ਦਿੰਦੇ ਹਾਂ। ਉਹਨਾਂ ਦਾ ਜਨਾਬ ਸੌਦਾ ਹੋਇਆ ਕਿਸੇ ਮਾਝ ਦਾ, ਜਦੋਂ ਬਿਆਨਾ ਉਹਨਾਂ ਲੈ ਲਿਆ ਹੱਟ ਤੇ ਨੰਬਰ ਹੀ ਬੰਦ, ਅਤੇ ਕੋਈ ਮਾਝ ਨਹੀਂ ਅਤੇ ਕੋਈ ਕੁਝ ਨਹੀਂ, ਫਿਰ ਉਹਨਾਂ ਮੇਰੇ ਨਾਲ ਰਾਬਤਾ ਕੀਤਾ ਕਿ ਭਾਈ ਹਸਨ ਆਹ ਗੱਲ ਹੋਈ ਹੈ ਜਨਾਬ ਮੇਰੇ ਨਾਲ, ਇਸ ਤਰ੍ਹਾਂ ਉਹਨਾਂ ਤੁਹਾਡੇ ਬਾਰੇ ਕਿਹਾ ਅਤੇ ਮੈਂ ਬਿਆਨਾ ਸੈਂਡ ਕਰ ਬੈਠਾ ਹਾਂ, ਅਤੇ ਹੁਣ ਇਹਦਾ ਕੀ ਹੱਲ ਹੈ? ਫਿਰ ਜਨਾਬ ਉਹਦਾ ਹੱਲ ਕਰਵਾਇਆ, ਬਿਆਨਾ ਉਹਨਾਂ ਦਾ ਵਾਪਸ ਹੋ ਗਿਆ। ਇਸੇ ਵਾਸਤੇ ਮੈਂ ਤੁਹਾਨੂੰ ਆਖਦਾ ਵੀ ਲੋਕ ਜਿਹੜਾ ਹੈ ਨਾ ਉਹ ਐਵੇਂ ਹਸਰਤ ਤੂੰ ਆਖਦੇ ਰਹਿੰਦੇ ਨੇ, ਬੋਲਦੇ ਰਹਿੰਦੇ ਨੇ, ਕਿਉਂਕਿ ਜਿਹੜੇ ਬੰਦੇ ਦਾ ਕੰਮ ਚੰਗਾ ਹੋਵੇ ਲੋਕ ਉਹਦੇ ਖਿਲਾਫ ਬੋਲਦੇ ਹੀ ਰਹਿੰਦੇ ਨੇ, ਅਤੇ ਆਦੀ ਫੱਕੀ ਵੇਚਣ ਵਾਸਤੇ ਜਿਹੜਾ ਹੈ ਨਾ ਸਾਨੂੰ ਉਹ ਬੁਰਾ ਬਲਾ ਕਹਿੰਦੇ ਨੇ, ਲੇਕਿਨ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਬਾਕੀ ਚੋਰਾਂ ਡਾਕੂਆਂ ਤੋਂ ਬਚਣਾ ਹੈ, ਬਿਆਨੇ ਨੱਪਣ ਵਾਲੀਆਂ ਟੀਮਾਂ ਤੋਂ ਬਚਣਾ ਹੈ, ਅਤੇ ਖਰੇ ਖੋਟੇ ਦੀ ਪਹਿਚਾਣ ਕਰਨੀ ਹੈ। ਅਤੇ ਮੈਂ ਤੁਹਾਨੂੰ ਇਸ ਵਜ੍ਹਾ ਤੋਂ ਆਖਦਾ ਕਿ ਤੁਸੀਂ 2-4 ਹਜ਼ਾਰ ਕਿਰਾਇਆ ਲਾ ਕੇ ਮੌਕੇ ਦਿਓ ਆਪਣੀ ਜਨਾਬ ਮੱਝ, ਇੱਕ ਤਾਂ ਚੋਵੋ ਵੇਖੋ, ਵੇਖ ਕੇ ਪਾਸ ਕਰਕੇ ਅਤੇ ਫਿਰ ਲੈ ਕੇ ਜਾਓ।
ਵੀਡੀਓ ਚੰਗੀ ਲੱਗਿਆ ਵੀਡੀਓ ਨੂੰ ਕਰਨਾ ਲਾਈਕ, ਨਾਲ ਵੀਡੀਓ ਨੂੰ ਸ਼ੇਅਰ ਵੀ ਕਰਨਾ, ਸੱਜਣਾ ਬੇਲੀਆਂ ਨਾਲ ਕਮੈਂਟਾਂ 'ਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਅਗਾਹ ਕਰਨਾ ਹੈ। ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।